ਅੰਮ੍ਰਿਤਸਰ ਦੁਰਗਿਆਣਾ ਮੰਦਿਰ ਵਿਖੇ ਹੋਲੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਹੋਏ ਸ਼ਰਧਾਲੂਆਂ ਨੇ ਸੁੱਕੇ ਰੰਗਾਂ ਨਾਲ ਇੱਕ ਦੂਜੇ ਨਾਲ ਹੋਲੀ ਖੇਡੀ। ਹੋਲੀ ਦਾ ਤਿਉਹਾਰ ਹਮਾਰੇ ਲਈ ਖੁਸ਼ੀ ਦਾ ਤਿਉਹਾਰ ਹੈ। ਠਾਕੁਰ ਜੀ ਦੇ ਰੰਗ ਮੇ ਯਹਾਂ ਸਭੀ ਰੰਗੇ ਹੋਏ ਹਮ ਦੁਰਗਿਆਣਾ ਤੀਰਥ ਮੇ ਇਸ ਟਾਈਮ ਔਰ ਹਮ ਠਾਕੁਰ ਜੀ ਕੇ ਰੰਗ ਮੇ ਰੰਗੇ ਹੋਏ ਹੈ। ਹੋਲੀ ਉਤਸਵ ਮਨਾ ਰਹੇ ਹੈ ਔਰ ਬਹੁਤ ਖੁਸ਼ ਹੈ। ਇਸ ਦੌਰਾਨ ਮੰਦਿਰ ਵਿੱਚ ਭਗਤਾਂ ਵੱਲੋਂ ਹੋਲੀ ਦੇ ਤਿਉਹਾਰ ਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨ ਗਾਇਨ ਕੀਤੇ ਗਏ। ਇਸ ਦੌਰਾਨ ਸ਼ਰਧਾਲੂ ਨੱਚ ਨੱਚ ਕੇ ਅਤੇ ਗੁਲਾਲ ਉਡਾ ਕੇ ਭਜਨਾਂ ਦਾ ਆਨੰਦ ਮਾਣ ਰਹੇ ਸਨ। ਵ੍ਰਿੰਦਾਵਨ ਇੱਥੇ ਹੀ ਸਾਡਾ ਵਸਿਆ ਹੈ, ਇਹਦੇ ਵਰਗੀ ਤੇ ਕੋਈ ਰੌਣਕ ਹੀ ਨਹੀਂ ਹੋ ਸਕਦੀ। ਇੰਨਾ ਮਤਲਬ ਕਿ ਠਾਕੁਰ ਜੀ ਦਾ ਸ਼ਿੰਗਾਰ, ਠਾਕੁਰ ਜੀ ਨੂੰ ਮਤਲਬ ਕਿ ਇੰਨਾ ਖਾਣ ਪੀਣ ਦਾ ਇੰਤਜ਼ਾਮ, ਇੰਨਾ ਬਹੁਤ ਵਧੀਆ ਕੀਤਾ ਗਿਆ ਸਰ। ਇਸ ਦੌਰਾਨ ਹੋਲੀ ਮਨਾਉਣ ਆਏ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਹੋਲੀ ਖੇਡਣ ਦਾ ਬਹੁਤ ਆਨੰਦ ਆਇਆ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਹੋਲੀ ਵ੍ਰਿੰਦਾਵਨ ਵਿੱਚ ਹੀ ਖੇਡਣ ਨੂੰ ਮਿਲਦੀ ਹੈ। ਹਮਾਰੀ ਯੂਨੀਓ ਅਭੀ ਮੈਰਿਜ ਹੋਈ ਹੈ ਤੋ ਹਮ ਯਹਾਂ ਪੇ ਅੰਮ੍ਰਿਤਸਰ ਆਏ। ਬਹੁਤ ਅੱਛਾ ਲਗਾ ਯਹਾਂ ਆ ਕੇ, ਫਸਟ ਟਾਈਮ ਫਸਟ ਐਕਸਪੀਰੀਅੰਸ ਥਾ। ਬਹੁਤ ਅੱਛਾ ਯਹਾਂ ਪੇ ਸੈਲੀਬ੍ਰੇਟ ਕਰ ਰਹੇ ਹੈ ਲੋਕ, ਬਹੁਤ ਇੰਜੋਏ ਕੀਆ ਰਾਧਾ ਰਾਣੀ ਕ੍ਰਿਸ਼ਨ ਜੀ ਕੇ ਸਾਥ, ਭਗਵਾਨ ਕੇ ਸਾਥ। ਫਸਟ ਟਾਈਮ ਦੇਖਾ ਕਿ ਅੰਮ੍ਰਿਤਸਰ ਮੇ ਵੀ ਐਸੀ ਹੋਲੀ ਔਰ ਵ੍ਰਿੰਦਾਵਨ ਦੂਸਰਾ ਵ੍ਰਿੰਦਾਵਨ ਲੱਗ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਾਨੂੰ ਹੋਲੀ ਸੁੱਕੇ ਰੰਗਾਂ, ਗੁਲਾਲ ਅਤੇ ਫੁੱਲਾਂ ਨਾਲ ਹੀ ਖੇਡਣੀ ਚਾਹੀਦੀ ਹੈ ਅਤੇ ਕੈਮੀਕਲ ਰੰਗਾਂ ਤੋਂ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਰਲ ਮਿਲ ਕੇ ਆਪਸੀ ਭਾਈਚਾਰੇ ਨਾਲ ਹੋਲੀ ਮਨਾ ਕੇ ਖੁਸ਼ੀਆਂ ਦਾ ਮਾਹੌਲ ਕਾਇਮ ਕਰਨਾ ਚਾਹੀਦਾ ਹੈ। ਸਾਡੇ ਦੁਰਗਿਆਣਾ ਮੰਦਿਰ ਕਮੇਟੀ 'ਚ ਬਹੁਤ ਵਧੀਆ ਹੋਲੀ ਮਨਾਈ ਗਈ ਹੈ। ਸੁੱਕੇ ਰੰਗਾਂ ਦੇ ਨਾਲ ਪਾਣੀ ਪਾਣੀ ਦੇ ਨਾਲ ਜਿਹੜੇ ਆ ਪਾਣੀ ਘੋਲ ਕੇ ਫੈਲਾਉਂਦੇ ਆ, ਉਹ ਮਤਲਬ ਕੈਮੀਕਲ ਜਿਹੜੇ ਸਕਿਨ ਨੂੰ ਪ੍ਰੋਬਲਮ ਪਹੁੰਚਾ ਸਕਦੇ ਆ।